Hello, my dear students. Very warm welcome to all of you in my today's class. Today's video for class 10th. Today, we read and explain your lesson some glimpse of ancient Indian thoughts and practices from your main course book. So, let's read the lesson and explain it in Punjabi. Yes, read. in a fight between the demons and the gods once the demons were having an upper hand ایتھے دو ਵਰਡ ਹੈ ਨੇ ਬੇਟਾ ਦੇਖੋ ਡਿਮਨਸ ਹੁੰਦੇ ਨੇ ਦੈਂਤ ਰਾਈਟ ਗods ਮੀਨਸ ਦੇਵਤੇ ਹੁਣ ਪਹਿਲੇ ਸੈਂਟੈਂਸ ਜੋ ਕੀ ਕਹਿ ਰਹੇ ਨੇ ਫਾਈਟ ਹੁੰਦੀ ਆ ਲੜਾਈ ਇੱਕ ਵਾਰ ਦੈਂਤਾਂ ਤੇ ਦੇਵਤਿਆਂ ਦੇ ਵਿਚਕਾਰ ਜੁਦ ਹੋਇਆ ਜਿਹਦੇ ਵਿੱਚ ਜਿਹੜੇ ਦੈਂਤਾਂ ਦਾ ਹੱਥ ਉੱਪਰ ਸੀ ਅਪਰ ਹੈਂਡ ਮੀਨਸ ਉਹ ਜਿੱਤ ਰਹੇ ਸੀ ਉਹਨਾਂ ਦਾ ਪਲੜਾ ਭਾਰੀ ਸੀ in the depression and anxiety the gods went to lord vishnu to find out as to how they could vanquish the demons horror depression means hun da put nirasha te anxiety means chinta theek kende chinta te nirasha de vich devte lord vishnu kol ponche ki karan layi ae janan layi vanquish hun da harona ke assi daita nu kidda haraiye the lord advised them to get a mighty sword afforded from the bones of some great sage sage as a sage means sant beta haan ji kande lord vishnu ne ohna nu ki salah ditti ke tusi ek adbhut talwar banao sword talwar jinu you know, thunderbolt aur bajarpath bhi keya ki to banao kise great sant diyan haddiyan to banao accordingly the gods approach the sage the dh dhiti it's a d dh dhiti a great son ਕਹਿੰਦੇ ਭਗਵਾਨ ਦੇ ਕਹੇ ਅਨੁਸਾਰ ਜਿਹੜੇ ਦੇਵਤੇ ਸੀਗੇ ਉਹ ਕਿਹਦੇ ਕੋਲੇ ਪਹੁੰਚੇ ਇੱਕ ਮਹਾਨ ਸੰਤ ਦਧੀਚੀ ਕੋਲ ਦਧੀਚੀ ਟੋਕ ਨੋ ਟਾਈਮ ਲੇਇੰਗ ਡਾਊਨ ਹਿਸ ਲਾਈਫ ਦਧੀਚੀ ਜਿਹੜਾ ਸੰਤ ਸੀ ਉਹਨੇ ਟਾਈਮ ਨਹੀਂ ਲਾਇਆ ਬਿਲਕੁਲ ਵੀ ਆਪਣੇ ਪ੍ਰਾਣ ਤਿਆਗਣ ਦੇ ਵਿੱਚ ਸੋ ਥੈਟ ਮੂਵ ਟੂ ਨੈਕਸਟ ਸੋ ਥੈਟ ਹਿਸ ਬੋਨਸ ਕੁਡ ਬੀ ਮੇਡ ਇਨ ਐਨ ਇਨਵਿੰਸੀਬਲ ਵੈਪਨ ਹਾਂ ਇਨਵਿੰਸੀਬਲ ਮੀਨਸ ਹੁੰਦਾ ਅਜਿਤ ਜਿਹਨੂੰ ਜਿੱਤਿਆ ਨਾ ਜਾ ਸਕੇ ਉਹਨਾਂ ਨੇ ਕਹਿੰਦੇ ਆਪਣੇ ਪ੍ਰਾਣ ਤਿਆਗਣ ਦੇ ਵਿੱਚ ਬਿਲਕੁਲ ਟਾਈਮ ਨਹੀਂ ਲਗਾਇਆ ਤਾਂ ਕਿ ਉਹਨਾਂ ਦੇ ਜਿਹੜੀਆਂ ਹੱਡੀਆਂ ਤੋਂ ਇੱਕ ਅਜਿੱਤ ਹਥਿਆਰ ਬਣਾਇਆ ਜਾ ਸਕੇ ਜਿਹਨੂੰ ਉਹਨਾਂ ਨੇ ਕੀ ਨਾਮ ਦਿੱਤਾ ਤੁਹਾਡੇ ਲਿਖਿਆ ਹੋਇਆ ਬ੍ਰੈਕਟ ਦੇ ਵਿੱਚ ਆ ਮੋਗ ਸਹਾਸਤਰ ਠੀਕ ਥਿਸ ਵਿਕਟਰੀ ਆਫ ਦਾ ਗੂਡਸ ਓਵਰ ਈਵਲ ਇਜ਼ ਦਾ ਰੇਅਰੈਸਟ ਆਫ ਦਾ ਰੇਅਰੈਸਟ ਐਗਜ਼ਾਮਪਲ ਆਫ ਗ੍ਰੇਟ ਨੀਨਾਂਨਸੀਏਸ਼ਨ ਐਂਡ ਸੈਕ੍ਰੀਫਾਈਸ ਦੈਟ ਥਿਸ ਕਲਚਰ ਟੀਚਰਸ ਇਹ ਜਿਹੜੀ ਜਿੱਤ ਸੀ ਠੀਕ ਆ ਗੁੱਡ ਓਵਰ ਈਵਲ ਇਹ ਬਹੁਤ ਹੀ ਰੇਅਰੈਸਟ ਐਗਜ਼ਾਮਪਲ ਆ ਸਾਡੇ ਕਲਚਰ ਦੀ ਜਿਹੜਾ ਸਾਨੂੰ ਕਲਚਰ ਸਿਖਾਉਂਦਾਗਾ ਕੁਰਬਾਨੀ ਕਰਨੀ ਠੀਕ ਹੂ ਕੈਨ ਫੋਰਗੇਟ ਦਾ ਸੁਪਰੀਮ ਸੈਕਰੀਫਾਈਸ ਆਫ ਦਾ ਜੰਗ ਸਨਸ ਆਫ ਗੁਰੂ ਗੋਬਿੰਦ ਸਿੰਘ ਜੀ ਫਿਰ ਉਹ ਕਹਿੰਦੇ ਨੇ ਕਹਿੰਦੇ ਕੌਣ ਭੁੱਲ ਸਕਦਾ ਜਿਹੜਾ ਸਰਬ ਉੱਚ ਬਲੀਦਾਨ ਦਿੱਤਾ ਗੁਰੂ ਜੀ ਗੁਰਸ਼ਿਰ ਗੋਬਿੰਦ ਸਿੰਘ ਜੀ ਦੇ ਜਵਾਨ ਪੁੱਤਰਾਂ ਨੇ ਦਾ ਉਹਨਾਂ ਨੇ ਬਲੀਦਾਨ ਤਾਂ ਉਹਨੂੰ ਕੌਣ ਪੁੱਲਦਾ ਦੇ ਚੂਜ਼ ਟੂ ਬੀ ਬ੍ਰਿਕਡ ਅਲਾਈਵ ਫਾਰ ਦਾ ਸੇਕ ਆਫ देयर ਫੇਥ ਐਂਡ ਕੈਨ ਆਫ ਜਸਟਿਸ ਐਂਡ ਟਰੂ ਲਿਵਰਟੀ ਕੈਨ ਆਨ ਮੀਨਸ ਪੁੱਤੋਂ ਦਾ ਸਿਧਾਂਤ ਠੀਕ ਹੈ ਉਹਨਾਂ ਨੇ ਕਹਿੰਦੇ ਆਪਣੇ ਆਪ ਨੂੰ ਜ਼ਿੰਦਾ ਚਣਵਾ ਲਿਆ ਦੀਵਾਰਾਂ ਦੇ ਵਿੱਚ ਕਾਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਸਿਧਾਂਤਾਂ ਲਈ ਨਿਆਂ ਲਈ ਲਿਬਰਟੀ ਆਜ਼ਾਦੀ ਲਈ आवर ਫਿਲਾਸਫੀ ਐਂਡ ਥੌਟਸ टीच us to renounce to sacrifice to give away in charity and a real spirit of detachment ਹੁਣ ਉਹ ਅੱਗੇ ਦੇਖੋ ਕੀ ਗੱਲ ਫਿਲਾਸਫੀ ਹੁੰਦੀ ਹੈ ਦਰਸ਼ਨ ਬੇਟਾ ਦਰਸ਼ਨ ਮੀਨਸ ਤੁਸੀਂ ਸਮਝਦੇ ਹੋ ਬਾਅਦ ਠੀਕ ਹੈ ਜਿਵੇਂ ਕਿਸੇ ਚੀਜ਼ ਨੂੰ ਲੈ ਕੇ ਵਿਚਾਰ ਦਿੱਤੇ ਜਾਂਦੇ ਨੇ ਜਿਹੜਾ ਸਾਡਾ ਦਰਸ਼ਨ ਆ ਉਹ ਸਾਨੂੰ ਕੀ ਸਿਖਾ ਰਿਹਾ ਇੱਥੇ ਕੀ ਤਿਆਗ ਦੀ ਸਾਨੂੰ ਭਾਵਨਾ ਸਿਖਾਉਂਦਾ ਉਹ ਤਿਆਗ ਕਿਵੇਂ ਕਰਨਾ ਨਿਆਂ ਬਾਰੇ ਗੱਲ ਕਰ ਰਿਹਾ ਬਲੀਦਾਨ ਕਿਵੇਂ ਕਰਨਾ ਦਾਨ ਕਿਵੇਂ ਦੇਣਾ ਅਸਲੀ ਸਪਿਰਿਟ ਦੇ ਨਾਲ ਹੁਣ ਡਿਟੈਚਮੈਂਟ ਹੁੰਦਾ ਵੀ ਇਹ ਮੇਰੇ ਨਾਲ ਸੰਬੰਧ ਨਹੀਂ ਰੱਖਦਾ ਹਨਾ ਉਹਦਾ ਹੁਣ ਆਗੇ ਵਰਡ ਆਏ ਨੇ ਥੋੜੇ ਜਿਹੇ ਟੇਢੇ ਜੇ ਕਰਕੇ ਲਿਖੇ ਹੋਏ ਨੇ ਜਿਹੜੇ ਇਨਾਮ ਇਹਦਾ ਮਤਲਬ ਥਿਸ ਡਸ ਨਾਟ ਬਿਲੋਂਗ ਟੂ ਮੀ inna mama means ਇਹ ਮੇਰੇ ਨਾਲ ਸੰਬੰਧ ਨਹੀਂ ਰੱਖਦਾ ਇਟ ਦਾ ਰੀਅਲ ਸਪੀਰਟ بیਹਾਈਂਡ ਦਾ ਜਗਸ ਵੀ ਵਾਰ कॉल्ड अप ऑन द ਪਰਫਾਰਮ ਫ੍ਰੀਕੁਐਂਟਲੀ ਇਨ ਆਵਰ ਹੋਮਸ ਕਹਿੰਦੇ ਜਿਹੜੇ ਅਸੀਂ ਜੱਗ ਕਰਦੇ ਆ ਘਰਾਂ ਦੇ ਵਿੱਚ ਅਕਸਰੀ ਉਹਨਾਂ ਦੇ ਪਿੱਛੇ ਵੀ ਇਹੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ ਦਾਨ ਕਰਨ ਦੀ ਡਿਟੈਚਮੈਂਟ ਦੀ ਅੱਗੇ ਆਜੋ ਜੀ ਸ਼ੁੱਡ ਕ腐ਪਸ਼ਨ ਗ੍ਰੀਟ ਐਂਡ ਲਾਸਟ ਫਾਰ ਇਜ਼ੀ ਮਨੀ ਹੈਵ ਐਨੀ ਪਲੇਸ ਇਨ ਦਾ country rich with such noble and lofty tradition ਹੁਣ ਅੱਗੇ ਉਹ ਕੀ ਗੱਲ ਕਰ ਰਹੇ ਨੇ ਕਹਿੰਦਾ ਅਜਿਹੇ ਦੇਸ਼ ਦੇ ਵਿੱਚ ਕਿ ਲਾਲਚ ਦੀ ਭ੍ਰਿਸ਼ਟਾਚਾਰ ਦੀ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦੀ ਕੋਈ ਥਾਂ ਹੈਗੀ ਜਿੱਥੇ ਇੰਨੇ ਉੱਚੇ ਪਰੰਪਰਾਵਾ ਹੋਣ tradiitions ਹੋਣ ਇਹ ਸੀ ਪਹਿਲੀ ਚਾਕੀ ਇਸ ਦੇ ਵਿੱਚ ਬੱਚੇ ਤੁਹਾਡੇ ਲੈਸਨ ਦੇ ਵਿੱਚ ਚਾਰ ਪੁਰਾਣੇ inset means ਪੁਰਾਣੇ incense ਦੇ ਇੰਡੀਅਨ ਫਿਲਾਸਫੀ ਥੌਟਸ ਦੀ ਉਹਨਾਂ ਦੀ ਗੱਲ ਕੀਤੀ ਹੈ ਵੀ ਚਾਰ ਝਾਕੀਆਂ ਪੇਸ਼ ਕੀਤੀਆਂ ਨੇ ਪੁਰਾਣੇ ਲੋਕ ਕਿਦਾਂ ਸੋਚਦੇ ਸੀ ਕੀ ਉਹਨਾਂ ਦੇ ਸੋਚ ਵਿਚਾਰ ਸੀ ਇਹ ਫੈਲੀ ਹੋ ਗਈ ਹਾਂਜੀ ਹੁਣ ਅਸੀਂ ਨੈਕਸਟ ਵੱਲ ਵੱਧਦੇ ਹਾਂ ਚੈਨਲ ਨੂੰ ਜਰੂਰ ਲਾਈਕ ਸਬਸਕ੍ਰਾਈਬ ਕਰੋ the elder ones of this country as per traditions coming down from thousand of years on this day consider it is a divine and blessed duty to feed birds flying in sky animals moving about on the earth and then since living in a small holes inside the earth elders sade buzurg bade kende jehde sade desh de vich sade bade buzurg hoye ne unna ne ik parampara da ਪ੍ਰਵਾਹਨ ਕੀਤਾ ਪਾਲਣ ਕੀਤਾ ਸ਼ੁਰੂ ਤੋਂ ਹੀ 1000s ਇਅਰਸ ਹਜ਼ਾਰਾਂ ਸਾਲਾਂ ਤੋਂ ਕਿਉਂ ਇਹ ਆਪਣਾ ਪਵਿੱਤਰ ਤੇ ਮੰਨਦੇ ਆ ਦੇਵੀ ਫਰਜ਼ ਮੰਨਦੇ ਆ ਕਿ ਜਿਹੜੇ ਆਕਾਸ਼ ਵਿੱਚ ਪੰਛੀ ਉੜਦੇ ਨੇ ਧਰਤੀ ਤੇ ਜੈਨੀਮਲ ਰਹਿੰਦੇ ਨੇ ਜਾਂ ਕੀੜੇ ਮਕੌੜੇ ਰਹਿੰਦੇ ਨੇ ਛੋਟੀਆਂ ਛੋਟੀਆਂ ਖੱਡਾਂ ਦੇ ਵਿੱਚ ਛੋਟੇ-ਛੋਟੇ ਕੀੜੇ ਮਕੌੜੇ ਧਰਤੀ ਤੇ ਰਹਿੰਦੇ ਉਹਨਾਂ ਨੂੰ ਦਾਣਾ ਪਾਣੀ ਪਾਉਣਾ ਉਹ ਆਪਣਾ ਪਵਿੱਤਰ ਫਰਜ਼ ਮੰਨਦੇ ਆ ਦੇਵੀ ਤੇ ਪਵਿੱਤਰ ਫਰਜ਼ ਡਿਵਾਈਨ ਐਂਡ ਵੈਲਸਟ ਦਿਸ ਨੋਬਲ ਟ੍ਰੈਡੀਸ਼ਨ ਇਜ਼ ਆਕੂਲਰ ਨਹੀਂ ਹੈਗਾ ਇਹ ਓਕੀਲਾ ਆਰ ਇਥੇ ਸਾਇਲੈਂਟ ਹੈ ਬੇਟਾ ਓਕੀਲਾ ਪਰਤਖ ਮੀਨਸ ਇਹਦਾ ਪ੍ਰੂਫ ਆਫ ਦਾ ਫੈਕਟ ਥੈਟ ਦਾ ਪੀਪਲ ਆਫ ਦਿਸ ਕੰਟਰੀ ਬਲੀਵਸ ਇਨ ਦਾ ਯੂਨਿਟੀ ਆਫ ਲਾਈਫ ਐਨੀਵਰ ਐਂਡ ਐਵਰੀਵਰ ਹੁਣ ਕਹਿੰਦੇ ਇਹ ਜਿਹੜਾ ਨੋਬਲ ਸਾਡਾ ਟ੍ਰੈਡੀਸ਼ਨ ਆ ਪਰੰਪਰਾ ਗਈ ਇਸ ਚੀਜ਼ ਦੀ ਪ੍ਰਤੱਖ ਪ੍ਰਮਾਣ ਆ ਕਿ ਸਾਡੇ ਲੋਕ ਜ਼ਿੰਦਗੀ ਦੀ ਏਕਤਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਿੱਥੇ ਮਰਜੀ ਚਾਹੇ ਇੱਥੇ ਚਾਹੇ ਉੱਥੇ ਠੀਕ ਮੂਵ ਟੂ ਨੈਕਸਟ ਹਾਂਜੀ ਹੁਣ ਇਹ ਦੇਖੋ ਆ ਕੀਵਰਡਸ ਲਿਖੇ ਹੋਏ ਨੇ ਤੁਸੀਂ ਪੜ ਸਕਦੇ ਹੋ ਤਾਂ ਇਹਨੂੰ ਜੋੜ ਕੇ ਦੇਖੋ ਕੀ ਲਿਖਿਆ ਹੋਇਆ ਵਾਸ਼ੁਦੇਵ ਖਟੰਖਮ ਇਹਦਾ ਮਤਲਬ ਕੀ ਆ ਦੰਟਾਇਰ ਯੂਨੀਵਰਸ ਇਸ ਆ ਫੈਮਿਲੀ ਪੂਰਾ ਵਿਸ਼ਵ ਇੱਕ ਪਰਵਾਰ ਹੈ ਇਸ ਦਾ ਬੇਸਿਕ ਥਾਟ ਦੈਟ ਵਰਕਸ ਹੇਅਰ ਇਨ ਦਾ ਵੈਰੀਅਸ ਕੋ ਸੱਚ ਸੈਰਮਨਸ ਲਾਈਕ ਦਾ ਟ੍ਰੈਡੀਸ਼ਨ ਆਫ ਲੰਗਰ ਇਨ ਦਾ ਹੋਲੀ ਟੈਂਪਲਸ ਐਂਡ ਗੁਰਦੁਆਰਸ ਐਂਡ ਦਾ ਮੈਸੇਜ ਆਫ ਦਾ ਹੋਲੀ ਗੁਰੂਜ਼ ਕੰਟੇਨਡ ਇਨ ਡਾਇਰੈਕਟਿਵ ਈਟ ਓਨਲੀ ਆਫਟਰ ਹਵ ਸ਼ੇਅਰ ਯੂਰ ਮੀਲ ਵਿਦ ਅਦਰਸ ਬੰਡ ਸ਼ਕੋ ਹਾਂਜੀ ਹੁਣ ਇਹਨਾਂ ਦੇ ਅਸੀਂ ਮੀਨਿੰਗ ਸਮਝ ਲਈਏ ਕੀ ਕਹਿ ਰਿਹਾ ਇਹਨਾਂ ਲਾਈਨਾਂ ਚ ਕਿ ਇਹਨਾਂ ਦੇ ਪਿੱਛੇ ਵੀ ਜਿਹੜਾ ਬੇਸ਼ੱਕ ਇੱਕ ਪਰਿਵਾਰ ਆ ਉਹਦੇ ਪਿੱਛੇ ਇਹੀ ਮੂਲ ਵਿਚਾਰ ਕੰਮ ਕਰਦਾ ਹੈਗਾ ਜਿਹੜਾ ਸਾਨੂੰ ਅਲੱਗ-ਅਲੱਗ ਪਰੰਪਰਾਵਾਂ ਦੇ ਰਾਹੀ ਅਸੀਂ ਉਹਦਾ ਪਾਲਣ ਕਰਦੇ ਆ ਜਿੱਦਾਂ ਕਿ ਲੰਗਰ ਦੀ ਗੱਲ ਕੀਤੀ ਹੈ ਇੱਥੇ ਕਹਿੰਦੇ ਗੁਰਦੁਆਰਿਆਂ ਤੇ ਮੰਦਰਾਂ ਦੇ ਵਿੱਚ ਪਵਿੱਤਰ ਲੰਗਰ ਚੱਲਦਾ ਉਹਦੇ ਪਿੱਛੇ ਵੀ ਗੁਰੂ ਜੀ ਦੁਆਰਾ ਦਿੱਤਾ ਗਿਆ ਇਹੀ ਨਿਰਦੇਸ਼ ਆ ਕਿ ਤੁਸੀਂ ਆਪਣਾ ਭੋਜਨ ਉਦੋਂ ਕਰੋ ਜਦੋਂ ਤੁਸੀਂ ਆਪਣਾ ਭੋਜਨ ਦੂਜਿਆਂ ਨਾਲ ਵੰਡ ਲਿਆ ਜਿਹਨੂੰ ਉਹਨਾਂ ਨੇ ਵੰਡ ਸਕੋ ਦਾ ਸਿਧਾਂਤ ਕਿਹਾ ਹਾਂਜੀ ਹੁਣ ਨੈਕਸਟ ਥਿਸ ਆਈਡੀਆ ਆਫ ਡਿਸਟ੍ਰਿਬਿਊਸ਼ਨ ਐਪਲਾਈਸ ਨਾਟ ਟੂ ਫੂਡ ਓਨਲੀ ਇਹ ਜਿਹੜਾ ਫੰਡ ਛਕਣ ਦਾ ਆਈਡੀਆ ਗਾ ਥਾਟ ਆ ਉਹ ਸਿਰਫ ਇਕੱਲੇ ਭੋਜਨ ਤੇ ਹੀ ਨਹੀਂ ਲਾਗੂ ਹੁੰਦਾ ਇਟ ਐਕਸਟੈਂਡ ਵਲ ਅਪ ਟੂ ਦਾ ਐਨਟਾਇਰ ਰਿਸੋਰਸਸ ਐਂਡ ਫੰਡਸ ਥੈਟ ਆਰ ਅਵੇਲੇਬਲ ਟੂ ਮੈਨ ਇਹ ਸਾਰੇ ਹੀ ਸਾਧਨਾਂ ਤੇ ਸਾਰੇ ਪੈਸੇ ਤੇਲੇ ਤੇ ਲਾਗੂ ਹੁੰਦਾ ਜੋ ਜੋ ਮਨੁੱਖ ਕੋਲੇ ਉਪਲਬਧ ਹੈ ਹਾਂਜੀ ਡੂ ਵੀ ਸੈਟ ਨੀਡ ਟੂ ਵਿਟਾਊਟ ਟੂ ਲਵ ਐਂਡ ਐਨਟਾਇਰ ਮਨਕਾਈਂਡ as a work and kin and respect the हां ਇਹ ਵਰਡ ਤੁਹਾਡੇ ਕੋਲੇ ਨਵਾਂਗਾ ਇਹਨੂੰ ਨੋਟ ਕਰੋ ਇਹਦਾ ਮੀਨਸ ਹੁੰਦਾ ਪਵਿੱਤਰਤਾ ਬੋਲਾਂਗੇ ਕਿਦਾਂ ਨੂੰ ਸੈਕਟੀ 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 ਹਾਂ ਬੇਟਾ ਇਹਦਾ ਮੀਨਸ ਹੈ ਪਵਿੱਤਰਤਾ ਜਿਹੜਾ ਨਵਾਂ ਵਰਡ ਹੁੰਦਾ ਉਹਨੂੰ ਪ੍ਰੈਕਟਿਸ ਕਰ ਲਿਆ ਕਰੋ ਦੋ ਚਾਰ ਬਾਰ ਬੋਲਣ ਦੀ ਤੇ ਉਹਨੂੰ ਨੋਟ ਡਾਉਨ ਕਰ ਲਿਆ ਕਰੋ ਉਹਦਾ ਅਰਥ ਹਾਂਜੀ ਕਿੱਥੇ ਅਸੀਂ ਅਸੀਂ ਆਫ ਲਾਈਫ ਥਰੋ ਟੋਟਲ ਨੌਨ ਵਾਇਲੈਂਸ ਹਾਂਜੀ ਹਾਂਜੀ ਇਹਦਾ ਮਤਲਬ ਕੀ ਅਜੇ ਵੀ ਇਸ ਦੀ ਲੋੜ ਹੈ ਕਿ ਸਾਨੂੰ ਸੰਪੂਰਨ ਮਨੁੱਖਤਾ ਨੂੰ ਪੂਰੇ ਸੰਸਾਰ ਦੀ ਗੱਲ ਹੋ ਰਹੀ ਆ ਨੂੰ ਆਪਣੇ ਰਿਸ਼ਤੇਦਾਰਾਂ ਸੰਬੰਧੀ ਸਮਝਾਉਣ ਅਤੇ ਸੰਪੂਰਨ ਹਿੰਸ਼ਾ ਦੁਆਰਾ ਜੀਵਨ ਨੂੰ ਪਵਿੱਤਰ ਰੱਖਣ ਦਾ ਜਿਹੜਾ ਸਨਮਾਨ ਆ ਸਿਖਾਇਆ ਜਾਵੇ ਕਿ ਅਸੀਂ ਆਲਰੇਡੀ ਐਨਾ ਕੁਝ ਜਾਣਦੇ ਆ ਸਾਡੇ ਪੂਰਵਜ ਇਹਨਾਂ ਕੁਝ ਕਰਦੇ ਆ ਰਹੇ ਨੇ ਏਸੀ ਇਹਦਾ ਹੁਣ ਆਪਾਂ ਨੈਕਸਟ ਕਰਦੇ ਆ ਮੂਵ 3 ਹਾਂਜੀ ਹੁਣ ਆਪਣਾ ਥਰਡ ਸ਼ੁਰੂ ਹੋ ਗਈ ਮੈਂ ਮੂਵ ਕਰਨਾ ਪਹਿਲਾਂ ਨੂੰ ਇਧਰੋਂ ਤੁਹਾਨੂੰ ਦਿਖ ਸਕੇ ਹਾਂ ਜੀ ਵਾਂਸ ਦਾ ਸਟੋਰੀ ਗੋਸ ਕਿੰਗ ਜਨਕਾ ਆਫ ਮੈਥਲ ਪ੍ਰੈਜ਼ੈਂਟ ਵਿਹਾਰ कॉल्ड ਅ ਮੀਟਿੰਗ ਆਫ ਦਾ ਸਕਾਲਰਸ ਟੂ ਡਿਸਕਸ ਸਮ ਟੈਕਲਿਸ਼ ਇਸ਼ੂਸ ਬੇਸਡ ਔਨ ਹਾਈ ਫਿਲਾਸਫੀਕਲ ਥਾਟਸ ਟੈਕਲਿਸ਼ ਮੀਨਸ ਹੁੰਦੇ ਨੇ ਸਮਸਿਆ ਕੋਈ ਗੰਭੀਰ ਹੈ ਨਾ ਕਹਿੰਦੇ ਇੱਕ ਵਾਰ ਦੀ ਗੱਲ ਆ ਜਿਹੜੀ ਕਹਾਣੀ ਆ ਹੁਣੇ ਕਹਾਣੀ ਵਿੱਚ ਆਉਂਦਾਗਾ ਕਿ ਜਿਹੜਾ ਰਾਜਾ ਸੀ ਜਨਕ ਮੈਥਲ ਦਾ ਉਹ ਜਿਹੜਾ ਮੈਥਲਾ ਜਿੱਥੇ ਕੱਲ ਬਿਹਾਰ ਦੇ ਵਿੱਚ ਆ ਉਹਨੇ ਇੱਕ ਮੀਟਿੰਗ ਬੁਲਾਈ ਸਕਾਲਰਸ ਦੀ ਸਕਾਲਰਸ ਮੀਨਸ ਬਹੁਤ ਪੜੇ ਲਿਖੇ ਉੱਚ ਦਾਰਸ਼ਨਿਕ ਵਿਚਾਰਾਂ ਵਾਲੇ ਬੰਦੇ ਹਨਾ ਕਿਸੇ ਗੰਭੀਰ ਸਮੱਸਿਆ ਤੇ ਗੱਲ ਕਰਨ ਲਈ ਉਹ ਵੀ ਉੱਚ ਦਾਰਸ਼ਨਿਕ ਨਾਲ ਸੰਬੰਧਿਤ ਹਾਂਜੀ ਫਿਰ ਕੀ ਹੋਇਆ ਅੱਗੇ ਦੇਖੋ ਉਹ ਕਹਿੰਦੇ a well known sage named ast walker a was also invited to this meeting ਇੱਕ ਬਹੁਤ ਹੀ ਜਾਣ ਜਾਣਿਆ ਮਾਣਿਆ ਪ੍ਰਸਿੱਧ ਵਿਅਕਤੀ ਸੰਤ ਜਿਹਨਾਂ ਨੂੰ ਅਸਟ ਵਰਕਰ ਸੀ ਉਹਨੂੰ ਵੀ ਇਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ। ਉਹਨੂੰ ਅਸਟ ਵਰਕਰ ਕਿਉਂ ਕਹਿੰਦੇ ਸੀ ਬ੍ਰੈਕਟ ਦੇ ਵਿੱਚ ਦਿੱਤਾ ਗਿਆ। ਸੋ ਕਾਲਡ ਬਿਕਾਉਜ਼ ਆਫ ਹਿਸ ਡਿਫਾਰਮਡ ਬਾਡੀ। ਉਹਨੂੰ ਅਸਟ ਵਰਕਰ ਉਹਦਾ ਨਾਮ ਇਸ ਲਈ ਦਿੱਤਾ ਗਿਆ ਸੀ ਇਸ ਬੇਸ ਤੇ ਕਿ ਉਹਦੀ ਵਿੰਗੀ ਟੱਡੀ ਸਰੀਰਕ ਬਣਤਰ ਕਰਕੇ। ਡਿਫਾਰਮਡ ਬਾਡੀ ਇਸ ਲਈ ਲਿਖਿਆ ਬੇਟਾ। ਹਾਂਜੀ ਐਜ਼ ਅ ਸਟ ਵਰਕਰ ਐਂਡ ਥਾ ਦਾ ਆਬਿਨਾਮ ਵਰਡ ਤੁਹਾਡੇ ਲਈ ਆ ਗਿਆ। ਇਹਨੂੰ ਵੀ ਨੋਟ ਕਰੋ। ਪੋਰਟਲਸ ਪੋਰਟਲਸ ਮੀਨ ਜਿਹੰਦਾ ਪ੍ਰਵੇਸ਼ ਦੁਆਰ ਮਹਿਲ ਦੇ ਵਿੱਚ ਵੜਦੇ ਆ ਜਿੱਥੋਂ ਤੇ ਵੱਡਾ ਗੇਟ ਲਪਿੰਡਾ ਚ ਵੀ ਜਿਵੇਂ ਦਰਵਾਜ਼ੇ ਬਣਾਏ ਨੇ ਨਾ ਵੱਡੇ ਵੱਡੇ ਪੋਰਟਲਸ ਆਫ ਦਾ ਪੈਲਸ ਹਾਲ ਐਂਡ ਵਾਕਡ ਆਪ ਦਾ ਪਾਸਸ ਸਮ ਸਕਾਲਰਸ ਆਲਰੇਡੀ ਪਰੈਸೆಂಟ್ ਥੇ ਆਰ ਰਸਡ ਇਨ ਡੀਰਾਈਸਿਵ ਇਹ ਵੀ ਨਾਮ ਆ ਬੜਾ ਤੁਹਾਡੇ ਲਈ ਇਹਨੂੰ ਵੀ ਨੋਟ ਕਰ ਡੀਰਾਈਸਿਵ ਬਿਆੰਗਮਈ ਰੂਪ ਦੇ ਵਿੱਚ ਇਹਦਾ ਮਤਲਬ ਆ ਮੌਂਕ ਕਰਨਾ ਕਿਸੇ ਨੂੰ ਲਾਫਟਰ ਹੁਣ ਅੱਗੇ ਉਹ ਕੀ ਕਹਿੰਦੇ ਜਦੋਂ ਜਿਹੜਾ ਅਸਟਵਕਰ ਸੀ ਉਹ ਐਂਟਰ ਕੀਤਾ ਪ੍ਰਵੇਸ਼ ਦੁਆਰ ਦੇ ਵਿੱਚ ਦੀ ਹਾਂ ਮਹਿਲ ਦੇ ਵਿੱਚ ਨੂੰ ਪਹੁੰਚੇ ਆ ਰਸਤੇ ਤੇ ਜਾ ਰਿਹਾ ਸੀ ਉੱਥੇ ਜਿਹੜੇ ਪਹਿਲਾਂ ਪ੍ਰੈਜ਼ੈਂਟ ਸੀ ਬੈਠੇ ਸੀਗੇ ਹੋਰ ਸਕਾਲਰਜ਼ ਵਿਦਵਾਨ ਉਹਨਾਂ ਨੇ ਬਿਆੰਗਮਈ ਤਰੀਕੇ ਨਾਲ ਉੱਤੇ ਹੱਸਣਾ ਸ਼ੁਰੂ ਕਰ ਦਿੱਤਾ ਹਾ ਸਾਚਾ ਡਿਫਾਰਮਡ ਐਨਮਿਸ ਹਾ ਆਪਨ ਪਰਸਨ ਡਿਸਕਸ ਹਾਈ ਫਿਲਾਸਫੀ ਦੇ ਫੈਲਟ ਦੇ ਫੈਲਟ ਮੀਨ ਜੁਹਾਂ ਨੇ ਸੋਚਿਆ ਉਹ ਸੋਚਣ ਲੱਗੇ ਕਿ ਇੱਕ ਏ ਬਿੰਗੇ ਟੱਡੇ ਜਿਹਾ ਸਰੀਰ ਵਾਲਾ ਬੰਦਾ ਕਿਵੇਂ ਐਡੇ ਵੱਡੇ ਉੱਚ ਦਾਰਸ਼ਨਿਕ ਵਿਸ਼ੇ ਤੇ ਗੱਲ ਕਰ ਸਕਦਾ ਜਾਂ ਡਿਸਕਸ ਕਰ ਸਕਦਾ ਵਿਚਾਰ ਕਰ ਸਕਦਾ ਹੈ ਨਾ ਅਸਟੋਵਕਰ ਥਰਡਡ ਬੈਕ ਟੂ ਦਾ ਕਿੰਗ ఓ ਕਿੰਗ ਆਈ ਫੀਲ ਅਸ਼ੇਮਡ ਆਫ ਬੀਇੰਗ ਇਨਵਾਈਟਡ ਟੂ ਥਿਸ ਅਸੈਂਬਲੀ ਆਫ ਸਕਿਨਰਸ ਕਹਿੰਦੇ ਜਿਹੜਾ ਅਸਟੋਵਕਰ ਸੀ ਉਹ ਗਰਜਦਿਆਂ ਹੋਇਆਂ ਰਾਜੇ ਨੂੰ ਬੋਲਿਆ ਉਹ ਰਾਜੇ ਉਹ ਰਾਜਾ ਉਹ ਮਹਾਰਾਜ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ ਕਿ ਮੈਨੂੰ ਇਸ ਸਭਾ ਦੇ ਵਿੱਚ ਸਕਿਨਰਸ ਹੁੰਦੇ ਨੇ ਚਰਮਕਾਰ ਪਰਸਨ ਹੂ ਡੀਲਸ ਵਿਦ ਦਾ ਅਨੀਮਲ ਸਕਿਨ ਜਿਹੜੇ ਜਾਨਵਰਾਂ ਦੀ ਸਕਿਨ ਨੂੰ ਢੋਣ ਦਾ ਸੰਭਾਲ ਦਾ ਕੰਮ ਕਰਦੇ ਨੇ ਮਰੇ ਹੋਏ ਜਾਨਵਰਾਂ ਦੀ ਉਹਨਾਂ ਨੂੰ ਚਰਮਖਾਰ ਕਿਹਾ ਜਾਂਦਾ ਵੀ ਮੈਨੂੰ ਕਹਿੰਦੇ ਬੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ ਕਿ ਮੈਨੂੰ ਇਹਨਾਂ ਚਰਮਕਾਰਾਂ ਦੀ ਸਭਾ ਦੇ ਵਿੱਚੋਂ ਬੁਲਾਇਆ ਗਿਆਗਾ ਹਾਂਜੀ মুਵ ਟੂ ਨੈਕਸਟ ਪਿਕਚਰ ਸੈਟ ਕਰਦੀ ਆਪਾਂ ਹਾਂਜੀ ਇਨ ਐਨੀਮਲ ਸਕਿਨ ਨੂੰ ਤੁਹਾਨੂੰ ਦੱਸਦਾ ਹੈ ਇਟ ਇਜ਼ ਓਨਲੀ ਅ ਸਕਿਨਰ ਹੂ ਮੈਸਰਸ ਅ ਇੰਟੈਲੀਜੈਂਸ অর ਸਟੇਟਸ ਆਫ ਅ ਪਰਸਨ ਫਰਮ ਹਿਸ ਸਕਿਨ অর ਅ ਫਿਜ਼ੀਕਲ ਲੁੱਕ অর ਦਾ ਕਲਰ ਐਂਡ ਦਾ ਸ਼ੇਪ ਆਫ ਹਿਸ ਸਕਿਨ অর ਬਾਡੀ ਹਾਂ ਹੁਣ ਉਹ ਕੀ ਗੱਲ ਕਰ ਰਹੇ ਸਕਿਨਰ ਦੀ ਗੱਲ ਕੀਤੀ ਹੈ ਕਹਿੰਦੇ ਸਕਿਨਰ ਇਹ ਉਹ ਸਕਿਨਰ ਹੀ ਹੋ ਸਕਦੇ ਨੇ ਜਿਹੜੇ ਕਿਸੇ ਬੰਦੇ ਦੀ ਇੰਟੈਲੀਜੈਂਟ ਬੁੱਧੀਮਤਤਾ ਨੂੰ ਉਹਦੇ ਸਟੇਟਸ ਨੂੰ ਉਹਦੀ ਸਕਿਨ ਤੋਂ ਉਹਦੀ ਚਮੜੀ ਤੋਂ ਉਹਦੀ ਸਰੀਰ ਕ ਬਣਤਰ ਤੋਂ ਉਹਦੇ ਰੰਗ ਤੋਂ ਉਹਦੀ ਬਾਡੀ ਦੀ ਸ਼ੇਪ ਤੋਂ ਪਹਿਚਾਨਦੇ ਨੇ ਜਾਂ ਉਹਨੂੰ ਉਹਦੇ ਨਾਲ ਹੀ ਜਾਣਦੇ ਨੇ ਹੈਨਾ ਓਕੇ ਨੈਕਸਟ ਹੁਣ ਆਜੋ ਜੀ ਦਿਸ ਪੁਟ ਦ ਐਂਟਾਇਰ ਅਸੈਂਬਲੀ ਟੂ ਸ਼ੇਮ ਐਂਡ ਬਰਾਊਡ देम ਟੂ দেয়ার ਨੀਡਸ ਟੂ ਬੈਕਪਾਰਨ ਆਫ ਦਿਸ ਗ੍ਰੇਟ ਸੰਤ ਇਸ ਚੀਜ਼ ਨੇ ਸਾਰੀ ਜਿਹੜੀ ਸਭਾ ਸੀ ਅਸੈਂਬਲੀ ਮੀਨਸ ਸਭਾ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਤੇ ਉਹ ਆਪਣੇ ਗੋਡਿਆਂ ਭਾਰ ਆ ਗਈ ਉਹ ਤੋਂ ਮਾਫੀ ਮੰਗਣ ਲਈ ਗ੍ਰੇਟ ਸੰਤ ਤੋਂ color of the skin or the shape of the body has never been a measure of intelligence or status or in this country ਹੁਣ ਅੱਗੇ ਕੀ ਗੱਲ ਕਰੀ ਜਾ ਰਹੀ ਹੈ ਕਹਿੰਦੇ ਜਿਹੜਾ ਸਾਡਾ ਇਹ ਦੇਸ਼ ਆ ਪੁਰਾਣੇ ਸਮੇਂ ਤੋਂ ਹੀ ਇਹਦੇ ਵਿੱਚ ਸਕਿਨ ਦਾ ਜਿਹੜਾ ਚਮੜੀ ਦਾ ਰੰਗ ਬੋਡੀ ਦੀ ਸ਼ੇਪ ਕਦੇ ਵੀ ਬੁੱਧੀਮਤਤਾ ਦਾ ਮਾਪਦੰਡ ਨਹੀਂ ਰਿਹਾ ਲਾਰਡ ਰਾਮਾਜ਼ ਈਟਿੰਗ ਆਫ ਦਾ ਟੇਸਟਡ ਵੇਰੀਜ਼ ਫਰਮ ਅ ਭੀਲ ਬੋਮਨ ਇਹ ਇਸਫੀਸ਼ੀਐਂਟ ਐਗਜ਼ਾਮਪਲ ਹੁਣ ਉਹ ਕੀ ਗੱਲ ਕਰ ਰਹੇ ਨੇ ਲਾਰਡ ਰਾਮਾ ਦੀ ਭਗਵਾਨ ਰਾਮ ਦੀ ਗੱਲ ਕਰ ਰਹੇ ਨੇ ਉਹਨਾਂ ਨੇ ਜਿਹੜੀ ਇੱਕ ਭੀਲ ਬੋਮਨ ਸੀ ਉਹਦੇ ਝੂਠੇ 베ਰ ਖਾਦੇ ਸੀ ਜਿਹੜੀ ਇਹਦੀ ਬਹੁਤ ਵੱਡੀ ਐਗਜ਼ਾਮਪਲ ਹੈ ਹੁਣ ਉਹ ਕੌਣ ਸੀ ਭੀਲ ਔਰਤ ਨੂੰ ਉਹਨਾਂ ਨੇ ਬ੍ਰੈਕਟਸ ਐਕਸਪਲੇਨ ਕੀਤਾ ਹੋਇਆ ਆ ਸੁਧਧਰਾ ਬੋਮਨ ਹੂ ਯੂਜ਼ ਟੂ ਸਪ੍ਰਿੰਕਲ ਵਾਟਰ ਔਨ ਦਾ ਅਰਥ ਵਿਦ ਦਾ ਹੈਲਪ ਆਫ ਅ ਲਾਦਰ ਵੈਗ ਕੌਣ ਸੀ ਉਹ ਇੱਕ ਸ਼ੁੱਧਰ ਜਾਤ ਦੀ ਔਰਤ ਸੀ ਜਿਹੜੀ ਮਸਕ ਹੁੰਦੀ ਆ ਲੈਦਰ ਬੈਗ ਹੈ ਨਾ ਉਹਦੇ ਵਿੱਚ ਪਾਣੀ ਭਰ ਕੇ ਧਰਤੀ ਤੇ ਪਾਣੀ ਛਿੜਕਿਆ ਕਰਦੀ ਸੀ ਹਾਂਜੀ ਹੁਣ ਅੱਗੇ ਚੱਲਦੇ ਆ ਅਸਫੀਸ਼ੀਐਂਟ ਪ੍ਰੂਫ ਟੂ ਦਾ ਫੈਕਟ ਥੈਟ देयर ਵਾਸ ਨੈਵੋ ਐਨੀ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ ਕ੍ਰੀਡ ਔਰ profession ਔਰ ਅ ਪਰਸਨ ਇਨ ਅਨਸੈਂਟ ਇੰਡੀਆ ਕਹਿੰਦੇ ਇਸ ਗੱਲ ਦਾ ਸਬੂਤ ਆ ਕਿ ਸਾਡੇ ਪ੍ਰਾਤਨ ਜਿਹੜਾ ਭਾਰਤ ਸੀ ਉਹਦੇ ਵਿੱਚ ਕਦੇ ਵੀ ਕਿਸੇ ਦੀ ਜਾਤ ਪਾਤ ਉਹਦੇ ਕਿੱਤੇ ਨੂੰ ਲੈ ਕੇ ਕਿਸੇ ਬੰਦੇ ਦੇ ਨਾਲ ਭੇਦਭਾਵ ਨਹੀਂ ਕੀਤਾ ਡਿਸਕ੍ਰਿਮੀਨੇਸ਼ਨ ਦਾ ਭੇਦਭਾਵ ਕਾਸਟ ਕ੍ਰੀਡ ਜਾਤ ਪਾਤ ਤੋਂ ਸਮਝਦੇ ਹਾਂ ਕਿ ਉਹਦੇ ਨਾਲ ਰਿਲੇਟਡ ਕਦੇ ਕੋਈ ਭੇਦਭਾਵ ਨਹੀਂ ਕੀਤਾ ਗਿਆ ਵਨ ਇਜ਼ ਹੇਅਰ ਆਲਸੋ ਰਿਮਾਈਂਡਡ ਆਫ ਵਾਟ ਦਾ ਇਨਲਾਈਟਿਡ ਸੇਜ਼ ਸੁਆਮੀ ਵਿਵੇਕਾਨੰਦ ਸੈਡ ਟੂ ਅ ਲੇਡੀ ਇਨ ਅ ਮਰੀਕਾ ਹੂ ਲਾਫਟ ਐਟ ਹਿਸ ਸਿੰਪਲ ਡਰੈਸ ਇੱਕ ਗੱਲ ਕਹਿੰਦੇ ਹੋਰ ਚੇਤੇ ਰੱਖਣ ਜੋਗ ਆ ਸਾਡੇ ਕੋਲੇ ਉਹ ਹੈਗੀ ਸੁਆਮੀ ਵਿਵੇਕਾਨੰਦ ਬਾਰੇ ਜਦੋਂ ਉਹਨਾਂ ਨੇ ਇੱਕ ਵਾਰ ਅਮਰੀਕਾ ਦੇ ਵਿੱਚ ਇੱਕ ਲੇਡੀ ਨੂੰ ਜਿਹੜੀ ਉਹਨਾਂ ਦੇ ਸਾਦੀ ਪਹਿਰਾਵੇ ਤੇ ਸਾਦੀ ਡਰੈਸ ਤੇ ਹੱਸ ਰਹੀ ਸੀ ਉਹਨੂੰ ਕਿਹਾ ਕੀ ਕਿਹਾ ਉਹਨਾਂ ਨੇ ਧਿਆਨ ਨਾਲ ਸੁਣੋ ਮੈਡਮ ਇਨ ਯੋਰ ਕੰਟਰੀ ਇਟ ਇਸ ਅ ਟੇਲਰ ਹੂ ਮੇਕਸ ਅ ਮੈਨ ਕਹਿੰਦਾ ਉਹ ਕਹਿੰਦੇ ਮੈਡਮ ਤੁਹਾਡੇ ਦੇਸ਼ ਵਿੱਚ ਹੀ ਹੋਉਣਗੇ ਦਰਜੀ ਜਿਹੜੇ ਬੰਦੇ ਨੂੰ ਉਹ ਬਣਾਉਂਦੇ ਨੇ ਜੋ ਬੰਦਾ ਹੈ ਇਨ ਮਾਈ ਕੰਟਰੀ ਮੇਰੀ ਕੰਟਰੀ ਦੇ ਵਿੱਚ ਕੀ ਹੁੰਦਾਗਾ ਇਨ ਮਾਈ ਕੰਟਰੀ ਇਟ ਇਸ ਅ ਅਭਿਨਮਾ ਵਰਡ ਤੁਹਾਡੇ ਲਈ ਆਇਆ ਤੇ ਇਹਨੂੰ ਵੀ ਨੋਟ ਕਰੋ ਇਨ ਟ੍ਰਿੰਸ इंट्रिंसिस इंट्रिंसिस मींस ਅੰਦਰੂਨੀ ਅੰਦਰਲੀ ਇਨਟ੍ਰਿੰਸਿਕ ਵੀ ਬੋਲ ਸਕਦੇ ਤੁਸੀਂ ਇਹਨੂੰ ਹੈਨਾ ਇਨਟ੍ਰਿੰਸਿਕ ਵਾਰਥ ਐਂਡ ਕ੍ਰੈਪਟਰ ਆਫ ਅ ਪਰਸਨ दैट मेक हिम অর ਹਰ ਗ੍ਰੇਟ ਕਹਿੰਦੇ ਮੇਰੇ ਦੇਸ਼ ਦੇ ਵਿੱਚ ਤਾਂ ਬੰਦੇ ਦੇ ਅੰਦਰੂਨੀ ਗੁਣ ਤੇ ਉਹਦਾ ਚਰਿੱਤਰ ਹੀ ਆ ਜਿਹੜਾ ਉਹਨੂੰ ਮਹਾਨ ਬਣਾਉਂਦਾਗਾ ਕੱਪੜੇ ਮੈਟਰ ਨਹੀਂ ਕਰਦੇ ਓਕੇ ਨੈਕਸਟ ਹੁਣ ਅੱਗੇ ਚੱਲਦੇ ਆ ਇਸ ਨਾਟ ਇਟਸ ਅਨਵਾਈਸ ਟੂ سپورਟ हां ए वर्ड ਵੀ ਨਮਾਂਗਾ ਤੁਹਾਡੇ ਲਈ ਇਸ ਨੂੰ ਵੀ ਨੋਟ ਕਰ ਲਓ ਇਹ ਹੈਗਾ ਟਾਸਟਲੀ 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 ਮੀਨਸ ਹੁੰਦਾ ਆਪਰਤਕ ਰੂਪ ਵਿੱਚ ਢੰਗ ਤਰੀਕਾ ਸਿੱਧੇ ਤਰੀਕੇ ਨਾਲ ਨਾ ਔਰ ਅਦਰਵਾਈਜ਼ ਐਨੀ ਟਾਕ ਆਫ ਸੱਚ ਡਿਸਕ੍ਰਿਮੀਨੇਸ਼ਨ ਔਨ ਸੱਚ ਐਵੀ ਵਰਡ ਨਮਾਂ ਤੁਹਾਡੇ ਲਈ ਇਹਨੂੰ ਵੀ ਨੋਟ ਕਰੋ ਬਤ ਇਹ ਹੈਗਾ ਫਰੀਵਲਸ 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 ਮੀਨਸ ਤੋਸ਼ ਮਹੱਤਵਹੀਣ ਜਿਹਦਾ ਕੋਈ ਖਾਸ ਮਹੱਤਵ ਨਹੀਂ ਹੈਗਾ ਵਿਸਿਸ ਟੂਡੇ ਹਾਂਜੀ ਹੁਣ ਅਸੀਂ ਇਸ ਲਾਈਨ ਦੀ मीनिंग ਸਮਝਦੇ ਆਂ ਹਾਂਜੀ ਇੱਥੇ ਜਿਹੜਾ ਉੱਪਰ ਗੱਲਬਾਤ ਕੀਤੀ ਆ ਉਹਦਾ ਨਿਚੋੜ ਕੱਢਿਆ ਗਿਆਗਾ ਕਿ ਇਹ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ ਕਹਿੰਦੇ ਮੂਰਖਤਾ ਨਹੀਂ ਹੈਗੀ ਹੋਵੇਗੀ ਕਿ ਅਜਿਹੇ ਮਹੱਤਵਹੀਣ ਅਤੇ ਤੁਸ਼ ਆਧਾਰਾਂ ਤੇ ਅਜਿਹੇ ਭੇਦਭਾਵ ਦੀ ਕਿਸੇ ਚਰਚਾ ਦਾ ਸਮਰਥਨ ਕੀਤਾ ਜਾਵੇ ਗਲਤ ਗੱਲ ਹੈ ਇਹ ਉਹਨਾਂ ਨੇ ਇਹ ਗੱਲ ਕਹੀ ਹੈ ਇੱਥੇ ਚਲੋ ਹੁਣ ਮੂਵ ਟੂ ਨੈਕਸਟ ਹਾਂਜੀ ਹੁਣ ਸਾਡੇ ਕੋਲੇ ਚੌਥੀ ਝਾਕੀ ਗਲੈਂਪਸ ਨੂੰ ਅਸੀਂ ਆ ਗਏ ਆਂ ਹੁਣ ਅਸੀਂ ਇਹਨੂੰ ਰੀਡ ਕਰ ਲਈਏ ਫਸਟ ਆਫ ਆਲ ਹਾਂਜੀ ਦਾ ਹਿਸਟਰੀ ਆਫ this great land ਇਸ ਫੁੱਲ ਆਫ ਐਗਜ਼ੈਪਲਸ ਵੇਅਰ ਨੋ ਆ ਨਾਮਾ ਵਰਡ ਆ ਗਿਆ ਇਹਨੂੰ ਵੀ ਨੋਟ ਕਰੋ o s p -s, s o species okay ਇਹਦਾ ਮਤਲਬ ਹੁੰਦਾ ਸ਼ੁਭ ਜੀ ਇਹਨੂੰ ਆਪਾਂ ਅਸੇ ਨੇ ਨਾਮ ਇਹਦਾ ਗੁੱਡ ਯੂਜ਼ ਕਰ ਸਕਦੇ ਹਾਂ ਗੁੱਡ ਮੀਨਸ ਹੈ ਨਾ ਫੰਕਸ਼ਨ ਵਾਸ ਕਨਸੀਡਰ ਟੂ ਬੀ ਹ HELD ਪ੍ਰੋਪਰਲੀ ਵਿਦਆਊਟ ਦਾ ਪਾਰਟਿਸਪੀਸੇਸ਼ਨ ਆਫ ਔਮਨ ਹਾਂ ਕਹਿੰਦੇ ਜਿਹੜਾ ਸਾਡਾ ਇਹ ਆ ਤਿਹਾਸ਼ ਆ ਹਿਸਟਰੀ ਇਤਿਹਾਸ ਗ੍ਰੇਟ ਮਹਾਨ ਜਿਹੜੀ ਸਾਡੀ ਧਰਤੀ ਆ ਗ੍ਰੇਟ ਲੈਂਡ ਭਰੀ ਪਈ ਆ ਇਹ ਜਿਹੀਆਂ ਐਗਜ਼ੈਂਪਲਾਂ ਦੇ ਨਾਲ ਠੀਕ ਆ ਜਿੱਥੇ ਸ਼ੋਅ ਫੰਕਸ਼ਨਾਂ ਦੇ ਵਿੱਚ ਔਰਤ ਦੀ ਪਾਰਟਿਸਪੇਸ਼ਨ ਮੀਨਸ ਸਮ ਜੇ ਔਰਤ ਸ਼ਾਮਲ ਨਹੀਂ ਹੁੰਦੀ ਉਹਨਾਂ ਨੂੰ ਪੂਰਾ ਨਹੀਂ ਮੰਨਿਆ ਜਾਂਦਾ so much so then if no man would somehow make it to the function a statue of the woman was created to mark her ਹੁਣ ਫਿਰ ਉਹੀ ਵਰਡ ਕੀ ਆ ਗਿਆ ਉਸ ਸਪੀਸੀਅਸ ਹਾਂ ਸ਼ੋਅ ਪ੍ਰੈਜ਼ੈਂਸ ਕਹਿੰਦਾ ਜੇ ਕਿਸੇ ਕਾਰਨ ਔਰਤ ਉਸ ਕਿਸੇ ਫੰਕਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਤਾਂ ਉਹਦਾ ਬੁੱਤ ਜਾਂਦੀ ਮੂਰਤੀ ਬਣਾ ਕੇ ਉਸ ਨੂੰ ਉਸ ਫੰਕਸ਼ਨ ਦਾ ਹਿੱਸਾ ਬਣਾਇਆ ਜਾਂਦਾ ਜਿਦਾਂ ਕਿ ਪੁਰਾਣੇ ਜਾਗਸ ਦੇ ਵਿੱਚ ਹੁੰਦਾ ਸੀ ਹੈਨਾ ਹਾਂਜੀ ਦਿਸ ਓਨਲੀ ਪ੍ਰੂਫਸ ਥੈਟ ਅਬਵਮਨ ਇਨ ਥਿਸ ਗ੍ਰੇਟ ਲੈਂਡ ਵਾਸ ਨੈਵਰ ਲੁੱਕਡ ਅਪਨ ਐਨ ਆਬਜੈਕਟ ਆਫ ਲਸਟ অর ਸੈਕਸ ਕਹਿੰਦੇ ਇਹ ਇਹ ਪ੍ਰੂਵ ਕਰਦਾ ਇਹ ਸਿੱਧ ਕਰਦਾ ਕਿ ਸਾਡੇ ਇਸ ਮਹਾਨ ਦੇਸ਼ ਦੇ ਵਿੱਚ ਮਹਾਨ ਧਰਤੀ ਦੇ ਉੱਤੇ ਕਦੇ ਵੀ ਔਰਤ ਨੂੰ ਲਾਲਸਾ ਜਾਂ ਕਾਮ ਭਾਵਨਾ ਦੀ ਮੂਰਤ ਵਜੋਂ ਨਹੀਂ ਵੇਖਿਆ ਜਾਂਦਾ ਸ਼ੀਵਾਜ਼ ਆਲਵੇਜ਼ ਕਨਸੀਡਰਡ ਅ ਦੇਵੀ ਅਕੰਜਕ ਕੰਜਕ ਕੌਣ ਹੁੰਦੀ ਹੈ ਬ੍ਰੈਕਟ ਚ ਐਕਸਪਲੇਨ ਕੀਤਾ ਹੋਇਆ ਅ ਯੰਗ ਅਨਮੈਡ ਗਰਲ ਚਾਈਲਡ ਫਿਟ ਟੂ ਬੀ ਵਰਸ਼ਿਪਡ ਇੱਕ ਜਵਾਨ ਕੁਵਾਰੀ ਕੁੜੀ ਜੋ ਪੂਜਣ ਦੇ ਯੋਗ ਆ the mother of mankind the ardhangni in inseparable what equal wheel of the ratha of life haan ji kande sade samaj de vich sadi dharti te sade desh de vich aurat nu devi de taur te pujeya janda kanjak de taur te pujeya janda onu sari manav jati di mother da auha ditta janda onu ardhangni keha janda te onu jeevan de rath da ik ajaha paya maneya janda jinu alag nahi kita ja sakda jehda barabar da paya ਹਾਂਜੀ মুਵ ਟੂ ਨੈਕਸਟ ਥਿਸ ਫਿਟਲੀ ਐਕਸਪਲੇਨਸ 76% சிவாਜੀ ਬੋਇੰਗ ਹਿਸ ਹੈਡ ਬਿਫੋਰ ਅਬੂਮਾਨ ਅਨਡਰ ਰਿਸਪੈਕਟਫੁਲੀ ਰਿਸਟੋਰਿੰਗ ਹਿਸ ਹਾਰਡ ਇਗਨਟੀ ਐਜ਼ ਅ ਮਦਰ ਵੈਨ ਸਮ ਮਿਸ ਗਾਈਡਡ ਸੋਲਜਰਸ ਆਫ ਹਿਸ ਵਿਕਟਰੀਅਸ ਆਰਮੀ ਪ੍ਰੇਜ਼েন্টেਡ ਹਰ ਟੂ சிவாਜੀ ਐਜ਼ ਅ ਗਿਫਟ ਕਹਿੰਦੇ ਜਦੋਂ ਸ਼ਿਵਾਜੀ ਨੇ ਕੋਈ ਜੰਗ ਜਿੱਤੀ ਜਦੋਂ ਉਹਦੇ ਜਿਹੜੇ ਕੁੜਾਈਏ ਆਪਾਂ ਕਹਿ ਸਕਦੇ ਹਾਂ ਮਿਸ ਗਾਈਡਡ ਸੋਲਜਰਸ ਸੀ ਉਹਨਾਂ ਨੇ ਕਿਸੇ ਔਰਤ ਨੂੰ ਪਕੜਿਆ ਤੇ ਸ਼ਿਵਾ ਜੀ ਦੇ ਅੱਗੇ ਉਹਨੂੰ ਇੱਕ ਗਿਫਟ ਦੇ ਰੂਪ ਵਿੱਚ ਪੇਸ਼ ਕੀਤਾ ਤਾਂ ਸ਼ਿਵਾ ਜੀ ਨੇ ਉਹਦੇ ਅੱਗੇ ਸਿਰ ਝੁਕਾਇਆ ਇੱਕ ਮਾਂ ਦੇ ਤੌਰ ਤੇ ਉਹਨੂੰ ਮਾਣ ਬਖਸ਼ਿਆ ਇਹ ਬਹੁਤ ਵੱਡੀ ਐਗਜ਼ਾਮ ਪੈਲਾ ਹੈ ਨਾ ਇਹ ਦੇਸ ਇਹ ਕੁਐਸਚਨਸ ਵੀ ਆਉਂਦਾ ਬੜੀ ਵਾਰੀ ਇਹਨੂੰ ਧਿਆਨ ਨਾਲ ਸਮਝ ਲਿਓ ਕਿ ਇਹਦੇ ਅੱਗੇ ਸਿਰ ਝੁਕਾਇਆ ਬੂ ਮੰਦੇ ਅੱਗੇ ਹਾਂਜੀ ਦਿਸ ਟੂ ਐਕਸਪਲੇਨ ਥੈਟ ਦਾ ਗ੍ਰੇਟ ਵਾਰਸ ਇਨ ਦਾ ਬੋਥ ਦਾ ਸੈਕ੍ਰੇਟ ਐਪਿਕਸ ਹਾਂ ਹੁਣ ਸੈਕ੍ਰੇਟ ਦਾ ਮਤਲਬ ਹੁੰਦਾ ਪਵਿੱਤਰ ਪੁੱਤ ਐਪਿਕ ਮਹਾਕਾ ਰਮਾਇਣਾ ਐਂਡ ਮਹਾਭਾਰਤ ਆਵਾਸ ਫਾਊਟ ਫॉर द ਡਿਫਾਈਨਿੰਗ ਐਂਡ ਅਪਹੋਲਡਿੰਗ ਦ ਹਾਨਰ ਆਫ ਥਿਸ ਮਾਤਰ ਸ਼ਕਤੀ ਕਹਿੰਦੇ ਜਿਹੜੇ ਸਾਡੇ ਦੋ ਮਹਾਨ ਮਹਾ ਕਾਬ ਹੋਏ ਨੇ ਉਹਨਾਂ ਰਮਾਇਣ ਤੇ ਮਹਾਭਾਰਤ ਉਹਨਾਂ ਵਿੱਚ ਜਿਹੜੀਆਂ ਲੜਾਈਆਂ ਲੜੀਆਂ ਗਈਆਂ ਉਹ ਮਾਤਰ ਸ਼ਕਤੀ ਦੀ ਨੂੰ ਡਿਫੈਂਡ ਕਰਨ ਲਈ ਤੇ ਉਹਨਾਂ ਦਾ ਮਾਣ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਹੀ ਲੜੀਆਂ ਗਈਆਂ ਹਮ ਅੱਗੇ ਆ ਜਿਓ ਜੀ ਡਸ ਥਿਸ ਨਾਟ ਪੁੱਟ ਦੋਸ ਟੂ ਸੇਮ ਹੂ ਥਿੰਕ ਆਫ ਰੀਸਟੋਰਿੰਗ ਟੂ ਫੀਮੇਲ ਫਿਟਿਸਾਈਡ অর ਡਿਨਾਈਂਗ ਦਾ ਫੀਮੇਲ ਸੈਕਸ देयर ਰਾਈਟਫੁਲ ਪਲੇਸ ਇਨ ਦਾ ਅਪੀਅਰਸ ਆਫ ਦਾ ਵਰਲਡ ਹਾਂਜੀ ਕਹਿੰਦੇ ਕੀ ਉਹਨਾਂ ਬੰਦਿਆਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਜਿਹੜੇ ਫੀਮੇਲ ਫਿਟਿਸਾਈਡ ਹੁੰਦਾ ਕੰਨਿਆ ਭਰੂਣ ਹੱਤਿਆ ਕਿ ਜੇ ਪਤਾ ਲੱਗ ਜਾਂਦਾ ਕਿ ਬੇਟੀ ਹੋਣ ਵਾਲੀ ਹੈ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਉਹਨੂੰ ਕਿਹਾ ਜਾਂਦਾ ਫੀਮੇਲ ਫਿਟਿਸਾਈਡ ਹੈ ਨਾ ਵੀ ਉਹ ਨਾਲ ਇਹ ਲਾਣਤਾਲੀ ਗੱਲ ਆ ਹਨਾ ਕੀ ਉਹ ਇਹ ਸੋਚਦੇ ਨੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਜਿਹੜਾ ਕੰਨਿਆ ਭਰੂਣ ਹੱਤਿਆ ਦਾ ਸਹਾਰਾ ਲੈਂਦੇ ਨੇ ਤੇ ਬਿਸ਼ਪ ਦੇ ਮਾਮਲਿਆਂ ਦੇ ਵਿੱਚ ਔਰਤਾਂ ਨੂੰ ਉਹਨਾਂ ਦਾ ਨਿਆਂਯੋਗ ਥਾਂ ਦੇਣ ਦੀ ਸੋਚ ਨਹੀਂ ਰੱਖਦੇ ਹਨਾ ਨਹੀਂ ਦਿੰਦੇ ਉਹਨਾਂ ਦਾ ਥਾਂ ਇਹ ਉਹਨਾਂ ਲਈ ਸ਼ਰਮ ਦੀ ਗੱਲ ਹੈ ਕਿ ਸਾਡਾ ਜਿਹੜਾ ਮਹਾਨ ਦੇਸ਼ ਆ ਮਹਾਨ ਇਤਿਹਾਸ ਆ ਉਹਦੇ ਵਿੱਚ ਔਰਤਾਂ ਨੂੰ ਐਡਾ ਵੱਡਾ ਦਰਜਾ ਦਿੱਤਾ ਗਿਆ ਇਹ ਸੀ ਬੇਟਾ ਤੁਹਾਡਾ ਲੈਸਨ ਇਹ ਲਿਖਿਆ ਕਿਨੇ ਆ ਦਾ ਆਥਰ ਨੇ ਡਾਕਟਰ ਡੀ ਵੀ ਜਿੰਦਲ ਯਾਦ ਰੱਖਣਾ ਤੁਸੀਂ ਕਈ ਵਾਰ ਆਥਰ ਤੇ ਕੁਐਸਚਨ ਆ ਜਾਂਦਾ ਡਾਕਟਰ ਡੀ ਵੀ ਜਿੰਦਲ ਆ ਸੀਨੀਅਰ ਲੈਕਚਰਰ ਪੀ ਐਸ ਰਿਟਾਇਰਡ ਫ্রম ਐਸ ਸੀ ਡੀ ਕਾਮਨਟ ਕਾਲਜ ਲੁਧਿਆਣਾ ਇਹਨਾਂ ਜਾਣ ਲੈਣਾ ਤੁਹਾਡੇ ਲਈ ਮੇਰੇ ਖਿਆਲ ਕਾਫੀ ਹੋਊਗਾ ਕਿ ਉਹ گورਮੈਂਟ ਕਾਲਜ ਲੁਧਿਆਣਾ ਤੋਂ ਰਿਟਾਇਰ ਹੋਏ ਹੋਏ ਨੇ ਆਪੀ ਆਪੀ ਪੀ ਐਸ ਅਫੀਸਰ ਰਹੇ ਨੇ ਹੈਨਾ ਸੋ ਇਹ ਥੋੜਾ ਲੈਸਨ ਸੀ ਆਈ ਹੋਪ ਕਿ ਤੁਸੀਂ ਚੰਗੀ ਤਰ੍ਹਾਂ ਸਮਝਿਆ ਹੋ ਅੱਜ ਮੈਂ ਕੋਸ਼ਿਸ਼ ਕੀਤੀ ਹੈ ਨਾਲ ਦੀ ਨਾਲ ਕੈਮਰਾ ਔਨ ਕਰਕੇ ਰਿਕਾਰਡ ਕਰਨ ਦੀ ਆਈ ਹੋਪ ਕਿ ਤੁਹਾਨੂੰ ਮੇਰੀ ਇਹ ਵਧੀਆ ਲੱਗਿਆ ਹੋ ਨਵਾਂ ਸਟੈਪ ਤੇ ਅਗਲੀ ਵੀਡੀਓ ਦੇਖਣਾ ਨਾ ਭੁੱਲਿਓ ਕੁਐਸਚਨ ਆਨਸਰਸ ਲਈ ਬਾਏ ਫॉर ਨਾਓ ਬੇਟਾ ਥੈਂਕ ਯੂ ਫॉर ਵਾਚਿੰਗ